कैंपस प्रोग्राम तुहाडा सब दा स्वागत है। अज असीं तुहानूं लैके चल रहे हां श्री गुरु गोबिंद सिंह पब्लिक सीनियर सैकेंडरी स्कूल जो कि जिंदड़ा मोगा विखे है। विद्या दा दारा ए स्कूल जो कि बच्चों लई इक वरदान है। इत्थे बच्चों नूं पढ़ाई दे नाल नाल कल्चरल एक्टिविटीज नाल भी जोड़िया जांदा है। स्कूल विखे बच्चों लई हर तरीके की मॉडर्न फैसिलिटी मौजूद है। स्कूल विखे सैशन 2022-23 लई प्री नर्सरी तो 10वीं क्लास, प्लस 1 प्लस 2 लई मैडिकल, नॉन मैडिकल, कॉमर्स अते आर्ट्स ग्रुप दा दाखला भी शुरू है। बीते दिन स्कूल विखे फेयरवेल पार्टी बड़ी ही धूमधाम नाल कीती गई, जिस मौके बच्चों ने बढ़ चढ़ के पार्टिसिपेट किया। नज़र मारते हैं फेयरवेल पार्टी दी झलकियां ते।
Thank you.
ਸਰ ਵਿੱਦਿਆ ਦਾ ਦਾਨੀ ਹੈ ਸਕੂਲ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਿਹਾ ਔਰ ਅੱਜ ਜਿਸ ਤਰੀਕੇ ਦੇ ਨਾਲ ਬੱਚਿਆਂ ਦੇ ਐਨਰਜੀ ਲੈਵਲਸ ਬੜੇ ਵਧੇ ਹੋਏ ਨੇ, ਪਾਰਟੀ ਦਾ ਮੌਕਾ ਹੈਗਾ ਫੇਅਰਵੈਲ ਪਾਰਟੀ ਦਾ, ਬੱਚਿਆਂ ਦੇ ਮਾਇੰਡ ਸੈਟਅਪ ਜਿਹੜੇ ਹੈਗੇ ਬੜੇ ਖੁਸ਼ੀ ਵਾਲੇ ਹੈਗੇ ਆ, ਬੱਚਿਆਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਆਪ ਨੂੰ ਆਪਣੇ ਜਿਹੜੇ ਕਲਾ ਦੇ ਜੌਹਰ ਦਿਖਾਏ, ਜਿਸ ਤਰੀਕੇ ਦੇ ਨਾਲ ਬੱਚਿਆਂ ਨੇ ਭੰਗੜੇ ਦੀ ਐਟਮ ਪੇਸ਼ ਕੀਤੀ, ਬੇਟੀਆਂ ਨੇ ਜਿਹੜਾ ਹੈਗਾ ਰਲ ਕੇ ਜਿਹੜਾ ਹੈਗਾ ਗਿੱਧੇ ਦੀ ਐਟਮ ਪੇਸ਼ ਕੀਤੀ। ਕੀ ਕਹਿਣਾ ਚਾਹੋਗੇ ਸਰ? ਇਹ ਸਕੂਲ ਜਿਹੜਾ ਇੱਕ ਬੂਟਾ ਬਾਬਾ ਜੀ ਨੇ ਲਾਇਆ ਸੀਗਾ ਇਸ ਏਰੀਏ ਦੇ ਵਿੱਚ ਕਿ ਇੱਥੋਂ ਦੇ ਬੱਚਿਆਂ ਨੂੰ ਬਾਹਲੀ ਦੂਰ ਪੜ੍ਹਨ ਲਈ ਜਾਣਾ ਨਾ ਪਵੇ, ਔਰ ਉਹ ਪੇਂਡੂ ਏਰੀਏ ਦੇ ਵਿੱਚ ਉਹਨਾਂ ਨੇ ਸ਼ਹਿਰੀ ਸਹੂਲਤਾਂ ਲਿਆ ਕੇ ਜਿਹੜਾ ਹੈਗਾ ਸੇਵਾ ਸ਼ੁਰੂ ਕੀਤੀ, ਔਰ ਜਿਸ ਤਰੀਕੇ ਦੇ ਨਾਲ ਅੱਜ ਉਹ ਛੋਟਾ ਜਿਹੜਾ ਪੌਦਾ ਬਾਬਾ ਜੀ ਨੇ ਲਾਇਆ ਸੀ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰਕੇ ਅੱਜ ਸਾਰੀ ਖੁਸ਼ਬੂ ਦੇ ਰਿਹਾ ਆਸ ਪਾਸ ਦੇ ਇਲਾਕਿਆਂ ਨੂੰ ਵੀ, ਬੜੇ ਦੂਰ ਦੂਰ ਤੋਂ ਪਿੰਡਾਂ ਤੋਂ ਜਿਹੜੇ ਬੱਚੇ ਆਉਂਦੇ ਆ। ਕੀ ਕਹਿਣਾ ਚਾਹੋਗੇ ਸਰ? ਸਰ, ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜਿੰਨੜਾ, ਜਿਨ੍ਹਾਂ ਦੇ ਨੀਂਹ ਪੱਥਰ ਉਸ ਟਾਈਮ ਦੇ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਜੀ ਨੇ ਰੱਖਿਆ ਸੀ ਬਾਬਾ ਜੀ ਦਾ ਅਸ਼ੀਰਵਾਦ ਸਦਕਾ। 1998 ਦੇ ਵਿੱਚ ਇਸ ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਬਾਬਾ ਜੀ ਨੇ ਦਿਨ ਰਾਤ ਕਰਕੇ ਥੋੜ੍ਹੇ ਜਿਹੇ ਟਾਈਮ ਵਿੱਚ ਵੀ ਐਡੀ ਬਿਲਡਿੰਗ ਬਣਾ ਦਿੱਤੀ ਅਤੇ ਸੰਨ 2000 ਦੇ ਵਿੱਚ ਬਤੌਰ ਇੱਥੇ ਕਲਾਸਾਂ ਸ਼ੁਰੂ ਹੋ ਗਈਆਂ ਸਨ। ਸੰਨ 2000 ਤੋਂ ਇਹ ਜੋ ਪਛੜਾ ਇਲਾਕਾ ਕਿਹਾ ਜਾਂਦਾ ਸੀ ਇਸ ਦੇ ਵਿੱਚ ਬਾਬਾ ਜੀ ਨੇ ਇਹ ਸਿੱਖਿਆ ਦਾ ਬੂਟਾ ਲਾਇਆ ਸੀ। ਸੋ ਅੱਜ ਪੰਜਾਬ 'ਚ ਨਹੀਂ ਇੰਟਰਨੈਸ਼ਨਲ ਲੈਵਲ 'ਤੇ ਇਸ ਸਕੂਲ ਦਾ ਨਾਂ ਪਹੁੰਚ ਚੁੱਕਿਆ ਹੈ। ਇੱਥੋਂ ਬਹੁਤ ਹੀ ਬੱਚੇ ਪਲੱਸ ਟੂ ਕਰਕੇ ਆਈਲੈਟਸ ਕਰਕੇ ਵਿਦੇਸ਼ਾਂ ਵਿੱਚ ਬਹੁਤ ਸੈਟਲ ਹੋ ਚੁੱਕੇ ਹਨ ਅਤੇ ਕਈ ਬੱਚੇ ਵੱਡੇ ਵੱਡੇ ਅਹੁਦਿਆਂ 'ਤੇ ਪੰਜਾਬ ਵਿੱਚ ਜੋਬ ਕਰ ਰਹੇ ਸਨ। ਸੋ ਬਾਬਾ ਜੀ ਦਾ ਇਹ ਸੁਪਨਾ ਸੀ ਕਿ ਇਸ ਪਛੜੇ ਇਲਾਕੇ ਵਿੱਚ ਇੱਕ ਵਧੀਆ ਬਿਲਡਿੰਗ ਸਕੂਲ ਬਣਾ ਕੇ ਇਸ ਇਲਾਕੇ ਨੂੰ ਦਿੱਤਾ ਜਾਵੇ। ਸੋ ਬਾਬਾ ਜੀ ਦੇ ਮਿਹਨਤ ਸਦਕਾ ਇਹ ਜੋ ਸਕੂਲ ਸੀ ਇਹ ਬਣ ਸਕਿਆ ਅਤੇ ਲੋਕ ਇਲਾਕੇ ਦੇ ਸਹਿਯੋਗ ਨਾਲ ਦਿਨ ਰਾਤ ਦੁੱਗਣੀ ਤਰੱਕੀ ਜੋ ਉਹ ਕਰ ਰਿਹਾ ਹੈ। ਸਰ, ਜੇ ਆਪਾਂ ਗੱਲ ਕਰ ਲਈਏ ਜਿਸ ਤਰੀਕੇ ਦੇ ਨਾਲ ਅੱਜ ਰੁਝਾਨ ਲੋਕਾਂ ਦਾ ਆਈਲੈਟਸ ਦਾ ਹੈਗਾ ਔਰ ਬਾਹਰ ਜਾਣ ਦਾ ਹੈਗਾ, ਤੁਹਾਡੇ ਟੀਚਰ 'ਚ ਪਹਿਲਾਂ ਤੋਂ ਮੁਸਤੱਦੀ ਦੇ ਨਾਲ ਬੱਚਿਆਂ ਨੂੰ ਇੰਗਲਿਸ਼ ਸਪੀਕਿੰਗ ਦੇ ਲਈ, ਇੰਗਲਿਸ਼ ਰਾਈਟਿੰਗ ਦੇ ਲਈ, ਕਿਉਂਕਿ ਮੋਡਿਊਲ ਤਾਂ ਸਾਰੇ ਆਪਣਾ ਸਕੂਲਾਂ ਦੇ ਵਿੱਚੋਂ ਹੀ ਆਉਂਦੇ ਆ, ਮੁੜ ਕੇ ਮਤਲਬ ਮੋਡਿਊਲਸ ਬਣ ਜਾਂਦੇ ਹੈਗੇ ਆ, ਕਿਉਂਕਿ ਰਿਟਨ ਵੀ ਆਪਾਂ ਇੱਥੇ ਕਰਦੇ ਹਾਂ, ਸਪੀਕਿੰਗ ਵੀ ਕਰਦੇ ਹਾਂ ਔਰ ਲਿਸਨਿੰਗ ਵੀ ਕਰਦੇ ਹੈਗੇ ਹਾਂ। ਕੀ ਕਹਿਣਾ ਚਾਹੋਗੇ ਕਿ ਬੱਚਿਆਂ ਦਾ ਜਿੱਦਾਂ ਦਾ ਮਾਇੰਡ ਹੈਗਾ ਉੱਦਾਂ ਦਾ ਹੀ ਟੀਚਰਸ ਨੂੰ ਤੁਸੀਂ ਕੌਂਸਲ ਕਰਦੇ ਹੋ ਵੀ ਭਾਈ ਆਪਾਂ ਵਿੱਦਿਆ ਦਾ ਦਾਨ ਦੇਣਾ, ਬੜੇ ਔਖੇ ਸਮੇਂ ਦੇ ਵਿੱਚ ਤੁਸੀਂ ਸਕੂਲ ਲੰਘੇ ਆ, ਉਹਦੇ ਵਿੱਚ ਵੀ ਤੁਸੀਂ ਇੱਥੇ ਧਰਨੇ ਨਹੀਂ ਲੱਗਣ ਦਿੱਤੇ ਬਲਕਿ ਪੇਰੈਂਟਸ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਜਿੱਦਾਂ ਪੇਰੈਂਟਸ ਕਹਿੰਦੇ ਸੀ ਉਵੇਂ ਹੀ, ਕਿਉਂਕਿ ਬਾਬਿਆਂ ਨੇ ਵਿਚਾਰਿਆਂ ਨੇ ਕਦੇ ਇਹ ਗੱਲ ਪਹਿਲਾਂ ਹੀ ਇਹ ਗੱਲ ਕਹੀ ਸੀ ਅਸੀਂ ਕਮਰਸ਼ੀਅਲ ਨਹੀਂ ਬਣਾਉਣਾ ਗਾ, ਜੇ ਕਿਸੇ ਦੀ ਕੋਈ ਪ੍ਰੋਬਲਮ ਹੈਗੀ ਆ ਜਿਹੜੀ ਜਾਇਜ਼ ਪ੍ਰੋਬਲਮ ਆ ਉਹਨੂੰ ਤੁਸੀਂ ਹਮੇਸ਼ਾ ਉਹਨਾਂ ਦੇ ਨਾਲ ਅਟੈਚ ਰਹੇ ਆ, ਤੁਸੀਂ ਕਿਸੇ ਦਾ ਸਟਾਫ ਦਾ ਲੌਸ ਨਹੀਂ ਕੀਤਾ, ਉਹਨਾਂ ਨਾਲ ਵੀ ਕੰਪਲੀਮੈਂਟ ਕਰਕੇ ਜਿੱਦਾਂ ਕਰਿਆ। ਸਰ, ਇਸ ਤਰ੍ਹਾਂ ਜਿਵੇਂ ਪਿਛਲੇ 2 ਸਾਲ ਤੋਂ ਤਕਰੀਬਨ ਬਹੁਤ ਮੁਸੀਬਤ ਵਿੱਚ ਸਾਰੇ ਫਿਰਦੇ ਸੀ ਉਸ ਟਾਈਮ 'ਤੇ ਲੋਕਡਾਊਨ ਦੌਰਾਨ, ਸਾਡੇ ਸਕੂਲ ਨੇ ਬਹੁਤ ਸਾਡੇ ਸਟਾਫ ਨੇ ਟੀਚਰ ਸਾਹਿਬਾਨ ਨੇ ਮਿਹਨਤ ਕਰਕੇ ਜੋ ਪਹਿਲਾਂ ਕਦੇ ਸੋਚਿਆ ਨਹੀਂ ਸੀ ਆਪਾਂ ਇਹ ਵੀ ਆਪਾਂ ਨੂੰ ਔਨਲਾਈਨ ਸਟੱਡੀ ਕਰਨੀ ਪਊਗੀ, ਥੋੜ੍ਹੇ ਜਿਹੇ ਟਾਈਮ ਵਿੱਚ ਹੀ ਸਾਡੇ ਸਟਾਫ ਨੇ ਔਨਲਾਈਨ ਕਲਾਸਾਂ ਸ਼ੁਰੂ ਕਰਕੇ ਘਰ ਬੈਠੇ ਬੱਚਿਆਂ ਨੂੰ ਵਿੱਦਿਆਦਾਨ ਦਿੱਤਾ ਹੈ। ਸਾਡੇ ਸਟਾਫ, ਸਾਡੇ ਬੱਚੇ ਵੀ ਸਾਡੇ ਨਾਲ ਜੁੜੇ ਰਹੇ ਉਸ ਟਾਈਮ ਦੇ ਉੱਤੇ ਅਤੇ ਇਸ ਟਾਈਮ ਵੀ ਸਾਡੇ ਨਾਲ ਸਾਰੇ ਬੱਚੇ ਉਹ ਜੁੜੇ ਹੋਏ ਹਨ। ਪਰ ਅਸੀਂ ਜੋ ਵੀ ਕਨਸੈਸ਼ਨ ਸਕੂਲ ਵੱਲੋਂ ਕਰ ਸਕਦੇ ਸੀ ਵੱਧ ਤੋਂ ਵੱਧ ਬੱਚਿਆਂ ਨੂੰ ਕਨਸੈਸ਼ਨ ਕਰਕੇ ਔਖੇ ਟਾਈਮ ਦੇ ਵਿੱਚ ਅਸੀਂ ਆਪਣੇ ਨਾਲ ਜੋੜੀ ਰੱਖਿਆ ਹੈ, ਅੱਜ ਵੀ ਸਾਡੇ ਨਾਲ ਬੱਚੇ ਜੁੜੇ ਹਨ। ਬਾਬਾ ਜੀ ਦਾ ਸੁਪਨਾ ਸੀ ਕਿ ਵੱਧ ਤੋਂ ਵੱਧ ਸਾਡੇ ਇਲਾਕੇ ਦੇ ਬੱਚੇ, ਗਰੀਬ ਬੱਚੇ ਇਸ ਸਕੂਲ ਦੇ ਵਿੱਚ ਪੜ੍ਹ ਸਕਣ, ਉਸ ਬਾਬਾ ਜੀ ਸੋਚ ਨੂੰ ਮੁੱਖ ਰੱਖਦੇ ਹੋਏ ਇਹ ਸਾਡਾ ਸਕੂਲ ਜੋ ਬੱਚਿਆਂ ਨੂੰ ਵਿੱਦਿਆ ਦਾਨ ਦੇ ਰਿਹਾ ਹੈ। ਬਾਕੀ ਰਹੀ ਆਈਲੈਟਸ ਦੀ ਗੱਲ, ਸਾਡੇ ਸਟਾਫ ਦੇ ਵਿੱਚ ਸਾਡੇ ਟੀਚਰ ਸਾਹਿਬਾਨ ਜਿਹੜੇ ਬੱਚੇ ਦੀ ਸੋਚ ਹੈਗੀ ਆ ਕਿ ਅਸੀਂ ਵਿਦੇਸ਼ ਜਾਣਾ ਆਈਲੈਟਸ ਕਰਨੀ ਆ, ਉਸੇ ਤਰੀਕੇ ਨਾਲ ਉਸ ਬੱਚੇ ਨੂੰ ਗਾਈਡ ਕੀਤਾ ਜਾਂਦਾ ਹੈ ਅਤੇ ਉਸ ਤਰੀਕੇ ਨਾਲ ਬੱਚੇ ਨੂੰ ਪੜ੍ਹਾਇਆ ਜਾਂਦਾ ਹੈ। ਸੋ ਸਾਡਾ ਸਮੂਹ ਸਟਾਫ ਬਹੁਤ ਹੀ ਮਿਹਨਤ ਕਰਕੇ ਬੱਚਿਆਂ ਨੂੰ ਇਹ ਜੋ ਵਿੱਦਿਆ ਦਾ ਦਾਨ ਦੇ ਰਿਹਾ ਹੈ। ਪ੍ਰਿੰਸੀਪਲ ਮੈਡਮ, ਜਿਸ ਤਰੀਕੇ ਦੇ ਨਾਲ ਇਹ ਦੂਰੋਂ ਦਿਖ ਜਾਂਦੇ ਆ ਵੀ ਇਹ ਗੁਰੂ ਗੋਬਿੰਦ ਸਿੰਘ ਸਕੂਲ ਦੇ ਬੱਚੇ ਆ, ਲੜਕੀਆਂ ਖਾਸ ਕਰਕੇ ਜਿਨ੍ਹਾਂ ਨੂੰ ਤੁਸੀਂ ਕਲਾ ਵਿੱਦਿਆ ਦਾ ਦਾਨ ਹੀ ਨਹੀਂ, ਉਹਨਾਂ ਨੂੰ ਵੈਲਿਊ ਬੇਸਡ ਸਟੱਡੀ, ਉਹਨਾਂ ਨੂੰ ਕਿੱਦਾਂ ਤੁਸੀਂ ਰਹਿਣਾ, ਕਿੱਦਾਂ ਸੋਸਾਇਟੀ 'ਚ ਵਿਚਰਨਾ, ਕਿੱਦਾਂ ਇਕੱਲੇ ਕਿਤਾਬੀ ਕੀੜੇ ਨਹੀਂ ਬਲਕਿ ਆਲ ਰਾਊਂਡਿੰਗ ਡਿਵੈਲਪਮੈਂਟ ਤੁਹਾਡੀ ਚਾਹੀਦੀ ਆ ਮੁੰਡੇ ਕੁੜੀਆਂ ਨੂੰ, ਉਹ ਅਸੀਂ ਦੇਖਣ ਨੂੰ ਮਿਲ ਰਹੀ ਆ। ਕੀ ਕਹਿਣਾ ਚਾਹੋਗੇ? ਕਿਉਂਕਿ ਐਜ਼ ਏ ਪ੍ਰਿੰਸੀਪਲ ਤੁਸੀਂ ਹਮੇਸ਼ਾ ਕ੍ਰੀਏਟਿਵ ਰਹਿੰਦੇ ਹੋ, ਔਨਲਾਈਨ ਰਹਿੰਦੇ ਹੋ, ਦਿਮਾਗ ਲਾਉਂਦੇ ਹੋ ਆਪਣਾ ਵੀ ਕਿਵੇਂ ਮੇਰੇ ਬੱਚਿਆਂ ਨੂੰ, ਕਿਵੇਂ ਮੈਂ ਆਪਣੇ ਟੀਚਰਾਂ ਨੂੰ ਕੌਂਸਲ ਕਰਨਾ। ਬਿਲਕੁਲ ਜੀ, ਪਹਿਲਾਂ ਤਾਂ ਚੈਨਲ ਵਾਲਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਉਹ ਸਾਡੇ ਇੱਥੇ ਆਏ ਅਤੇ ਮੀਡੀਆ ਕਵਰੇਜ ਕਰ ਰਹੇ ਆ।
ਤੇ ਬਾਕੀ ਗੱਲ ਸਟੱਡੀ ਦੀ ਕਰੀਏ ਤਾਂ ਸਟੱਡੀ ਦੇ ਵਿੱਚ ਅਸੀਂ ਐਕਟੀਵਿਟੀ ਬੇਸਡ ਲਰਨਿੰਗ ਹੈ ਸਾਡੀ, ਲਰਨਿੰਗ ਬਾਏ ਡੂਇੰਗ ਹੈ ਕਿ ਜੋ ਬੱਚੇ ਨਰਸਰੀ ਤੋਂ ਸਾਡੇ ਕੋਲ ਆਉਂਦੇ ਆ ਤਾਂ ਉਹਦੇ ਵਿੱਚ ਅਸੀਂ ਐਕਟੀਵਿਟੀਜ਼ ਦੇ ਥਰੂ ਉਹਨਾਂ ਨੂੰ ਪਲੇਵੇ ਮੈਥਡ ਦੇ ਨਾਲ ਪੜ੍ਹਾਈ ਕਰਾਈ ਜਾਂਦੀ ਹੈ ਅਤੇ ਆਇਲਸ ਦੀਆਂ ਕਲਾਸਾਂ ਸਪੋਕਨ ਇੰਗਲਿਸ਼ ਦੇ ਉੱਪਰ ਜ਼ਿਆਦਾ ਐਮਫੈਸਿਸ ਕੀਤਾ ਜਾਂਦਾ ਹੈ ਕਿ ਬੱਚਿਆਂ ਨੂੰ ਅੱਗੇ ਜਾ ਕੇ ਜੋ ਆਇਲਸ ਕਰ ਰਹੇ ਆ ਜਾਂ ਵਿਦੇਸ਼ਾਂ ਦੇ ਵਿੱਚ ਜਾਣ ਦੇ ਚਾਹਵਾਨ ਹੈ ਉਹਨਾਂ ਨੂੰ ਕੋਈ ਅੱਗੇ ਪ੍ਰੋਬਲਮ ਨਾ ਆਵੇ ਕਿ ਉਹ ਚਾਰੋਂ ਮੋਡਿਊਲਸ ਹੀ ਅਸੀਂ ਸਕੂਲ ਦੇ ਵਿੱਚ ਉਹਨਾਂ ਨੂੰ ਕਰਵਾਉਂਦੇ ਹਾਂ ਅਤੇ ਹਰ ਤਰੀਕੇ ਦੀ ਆਲਰਾਊਂਡ ਡਿਵੈਲਪਮੈਂਟ ਕੋ ਕਰੀਕੁਲਰ ਐਕਟੀਵਿਟੀਜ਼ ਦੇ ਥਰੂ ਉਹਨਾਂ ਦੀ ਓਵਰਆਲ ਡਿਵੈਲਪਮੈਂਟ ਕੀਤੀ ਜਾਂਦੀ ਹੈ। ਥੈਂਕ ਯੂ ਮੈਡਮ। ਚਾਹੋਗੇ ਕਿ ਜਿਹੜਾ ਬੂਟਾ ਬਾਬਾ ਜੀ ਨੇ ਲਾਇਆ ਸੀਗਾ ਔਰ ਉਹਨਾਂ ਦੇ ਬੇਟੇ ਜਿਹੜੇ ਹੈਗੇ ਆ ਉਹਨੂੰ ਉਸੇ ਤਰੀਕੇ ਦੇ ਨਾਲ, ਮਤਲਬ ਉਹਨਾਂ ਨੇ ਮਹਾਂਪੁਰਖਾਂ ਵਾਂਗੂ ਹੀ ਮਤਲਬ ਤੁਹਾਨੂੰ ਪਿਆਰ ਕੀਤਾ ਹੈਗਾ, ਔਖਾ ਸਮਾਂ ਕਰੋਨਾ ਦਾ ਆਇਆ, ਹੋਰ ਕੋਈ ਪ੍ਰੋਬਲਮ ਹੁੰਦੀ ਘਰ ਦੀ, ਅਗਰ ਉਹਨਾਂ ਨਾਲ ਕੋਈ ਡਿਸਕਸ ਕਰ ਲੈਂਦਾ ਤਾਂ ਉਦੋਂ ਵੀ ਉਹਨੂੰ ਉਹ ਇੱਕ ਗਾਈਡਰ ਬਣ ਕੇ ਇੱਕ ਪੋਜ਼ਿਟਿਵ ਬੈਂਟਰੀ ਬਣ ਕੇ ਕੰਮ ਕਰਦੇ। ਬਿਲਕੁਲ ਜੀ ਬਿਲਕੁਲ, ਮੈਂ ਆਪ ਇਸ ਖੁਦ ਸਕੂਲ ਤੋਂ ਪੜ੍ਹਿਆ ਹੋਇਆ, ਇਸੇ ਸਕੂਲ ਤੋਂ ਪੜ੍ਹ ਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚਿਆ ਹੋਇਆ, ਸੋ ਇਸ ਸਕੂਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਜੋ ਕੁਛ ਵੀ ਮਿਲਿਆ ਇਸ ਸਕੂਲ ਤੋਂ ਐਜ਼ ਏ ਟੀਚਰ, ਅੱਜ ਮੈਂ ਸੇਵਾਵਾਂ ਨਿਭਾ ਰਿਹਾ ਤਾਂ ਬਦੌਲਤ ਇਸੇ ਸਕੂਲ ਦੀ, ਇਸੇ ਸਕੂਲ ਤੋਂ ਸਿੱਖਿਆ ਲੈ ਕੇ ਅੱਜ ਮੈਂ ਇੱਕ ਟੀਚਰ ਬਣਿਆ ਅਤੇ ਇਸੇ ਸਿੱਖਿਆ ਨੂੰ ਮੈਂ ਕਿ ਅੱਗੇ ਅੱਗੇ ਕੀ ਆ ਫੋਰਵਰਡ ਕਰ ਰਿਹਾ। ਥੈਂਕ ਯੂ ਸਰ। ਥੈਂਕ ਯੂ। ਜੋ ਰਹਾ ਲਾ ਤੋ ਵੀ ਕਰਤਾ।